ਸਤਿ ਸ੍ਰੀ ਅਕਾਲ।
ਸਾਧ ਸੰਗਤ ਇਹਨਾਂ ਕਰਦੇ ਉਦੋਂ ਤੱਕ ਸਾਧ ਸੰਗਤ ਦੇ ਅੰਦਰ ਪ੍ਰੇਮ ਨਹੀਂ ਪੈਦਾ ਹੋਣਾ।
Yeah.
नामदेव जी महाराज जी सतगुरु त्रिलोचन जी महाराज जी सतगुरु सदना जी महाराज जी सतगुरु सैन जी महाराज जी बाबा फरीद जी महाराज जी बाबा श्री चंद जी महाराज जी श्री लंका जी महाराज श्री बंका जी महाराज संत मीरा भाई जी महाराज ढिणी जी महाराज सबे महापुरुषों के पावन चरणों का कीती सेवा किरत का ध्यान धर सब सतनाम जपो जी सतनाम 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 धन धन जग गुरु रविदास जी महाराज जी के पावन पवित्र प्रकाश स्थान श्री गोवर्धनपुर काशी बनारस गुरुदेव जी महाराज जी के नाम देवा समूह मंदिर समूह गुरुद्वारे समूह धाम सतगुरु रविदास धाम गुरु आश्रम डेरा सचखंड वल्लभ का ध्यान धर सब सब संगतां जपो जी सतनाम 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 धन धन सच्चे पातशाह साहिब सतगुरु रविदास जी महाराज जी हे अकाल पुरख परमात्मा अंतरयामी जी महाराज जी ਇਸ ਵੇਲੇ ਦੀ ਅਰਦਾਸ ਬੇਨਤੀ ਗੁਰ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਕਿ ਮਹਾਰਾਜ ਜੀ ਪਰਮ ਪੂਜੇ ਇੱਕ ਸਵਰ ਸੰਤ ਬੀਬੀ ਰਾਵੀ ਦੇਵੀ ਜੀ ਮਹਾਰਾਜ ਜਿਨ੍ਹਾਂ ਦੇ ਵਰਸੀ ਸਮਾਗਮ ਸੱਚੇ ਪਾਤਸ਼ਾਹ ਜੀ ਅੱਜ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਨਾਲ ਸੱਚੇ ਪਾਤਸ਼ਾਹ ਜੀ ਨਿਭਾਏ ਜਾ ਰਹੇ ਨੇ ਤੇ ਬਾਈ ਤਰੀਕ ਤੋਂ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਦੇ ਜਾਪ ਸੱਚੇ ਪਾਤਸ਼ਾਹ ਦੇ ਕੰਮ ਕੀਤੇ ਸੀ ਹੋ ਜਾਣਾ ਕੀਰਤਨ ਦੀਵਾਨ ਸਜਾਏ ਜਾਂਦੇ ਸੀ ਸੱਚੇ ਪਾਤਸ਼ਾਹ ਦੇ ਅੱਜ ਡੇਰਾ ਸਚਖੰਡ ਬੱਲਾਂ ਤੋਂ ਮਹਾਂਪੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਸੱਚੇ ਪਾਤਸ਼ਾਹ ਜੀ ਇਹ ਸੱਚੇ ਪਾਤਸ਼ਾਹ ਜੀ ਜੋ ਕਾਰਜ ਹੈ ਮਹਾਰਾਜ ਜੀ ਮਨਾਏ ਜਾ ਰਹੇ ਨੇ ਤਾਂ ਆਪ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋਏ ਕਈ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਆਪ ਬਖਸ਼ਣ ਵਾਲੇ ਕੋਲ ਹੋਈਆਂ ਭੁੱਲਾਂ ਚੁੱਕਾਂ ਦੀ ਕਿਰਪਾ ਕਰੀ ਤੋ ਮਹਾਰਾਜ ਜੀ ਆਇਆ ਸਾਰੀਆਂ ਸੰਗਤਾਂ ਦੀਆਂ ਆਗਰੀਆਂ ਆਪਣੇ ਦਰ ਕਰ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨਾ ਨਾਮ ਦਾਨ ਸੁਨਾਮ ਬਖਸ਼ਿਸ਼ ਕਰਨਾ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਸੇਵਕਾਂ ਦੇ ਕਾਰਜਾਂ ਨੂੰ ਪਾਤਸ਼ਾਹ ਜੀ ਰਾਸ ਕਰਿਓ ਤੋ ਸੰਗਤਾਂ ਕੋਲੋਂ ਹਰ ਸਾਲ ਮਹਾਰਾਜ ਜੀ ਆਪਣੇ ਚਰਨਾਂ ਵਿੱਚ ਬੇਨਤੀ ਅਰਦਾਸਾਂ ਕਰਕੇ ਕਈ ਦਾਤਾਂ ਹੁੰਦੀਆਂ ਕਰਦੀਆਂ ਨੇ ਕਾਬੜੇ ਕਿਰਪਾਲੂ ਹੋ ਦਿਆਲੂ ਸੱਚੇ ਪਾਤਸ਼ਾਹ ਜੀ ਆਪ ਸੰਗਤਾਂ ਦੇ ਹਮੇਸ਼ਾ ਝੋਲੀ ਭਰਦੇ ਰਹੇ ਹੋ ਅੱਜ ਵੀ ਸੰਗਤਾਂ ਵੱਲੋਂ ਜੋ ਬੇਨਤੀ ਅਰਦਾਸਾਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਗਈਆਂ ਨੇ ਸੱਚੇ ਪਾਤਸ਼ਾਹ ਜੀ ਆਪ ਸਭ ਜਾਣੀ ਜਾਣੋ ਨਾਮ ਸਭਨਾ ਦੇ ਜਾਣੀ ਜਾਣ ਸਾਰੀਆਂ ਸੰਗਤਾਂ ਦੀ ਹਾਜ਼ਰੀ ਨੂੰ ਆਪਣੇ ਦਰ ਪਰ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨਾ ਪੁਰਖ ਦੀ ਖਿਮਾ ਕਰਨੀ ਸਭਨਾ ਦੀ ਹਾਜ਼ਰੀ ਨੂੰ ਪ੍ਰਵਾਨ ਕਰੀ ਪਾਤਸ਼ਾਹ ਜੀ ਆਪ ਦੇ ਚਰਨਾਂ ਵਿੱਚ ਸੁੰਦਰ ਮਾਲੇ ਸਜਾਏ ਗਏ ਨੇ ਮਹਾਰਾਜ ਜੀ ਦੀ ਕਾਰ ਕਰਨਾ ਪ੍ਰਭ ਪੁਰਸ਼ਾ ਦੀ ਦੇਖ ਕੇ ਦੋ ਨਗਰ ਤਿਆਰ ਕਰਕੇ ਆਪ ਜੀ ਦੇ ਚਰਨਾਂ